ਕੋ ਸਿੱਧੇ ਲੁਧਿਆਣਾ ਲਈ ਚਲੇ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਕਾਰਜਕ੍ਰਮ ਵਿੱਚ ਸੰਬੋਧਿਤ ਕਰ ਰਹੇ ਹਨ ਮੈਂ ਕਿਹਾ ਟੈਕਸ ਦਿੰਨੇ ਹੋ ਤੁਸੀਂ ਕਹਿੰਦੇ ਕਦੋਂ ਦਿੰਨੇ ਆ ਮੈਂ ਕਿਹਾ ਤੁਹਾਨੂੰ ਪਤਾ ਹੀ ਨਹੀਂ ਲੱਗਾ ਤੁਸੀਂ ਟੈਕਸ ਕਦੋਂ ਦਿੰਨੇ ਹੋ ਕਹਿੰਦੇ ਦੱਸੋ ਮੈਂ ਕਿਹਾ ਸਵੇਰੇ ਉੱਠਦਿਆਂ ਅੰਮ੍ਰਿਤ ਵੇਲੇ ਚਾਹ ਬਣਾਉਣੀ ਹੈ ਸਿੱਖਾਂ ਦੀ ਡੱਬੀ ਮਾਚਸ ਕੱਢੀ ਤੀਲੀ ਜਲਾਈ ਟੈਕਸ ਸ਼ੁਰੂ ਕਿਉਂਕਿ ਸਿੱਖਾਂ ਦੀਆਂ ਡੱਬੀਆਂ ਮਾਚਸਾਂ ਖਰੀਦਣ ਜਾਓਗੇ ਬਾਜ਼ਾਰ 'ਚ ਟੈਕਸ ਲੱਗਦਾ ਹੈ ਜੇ ਗੈਸ ਸਿਲੰਡਰ ਹੈ ਤਾ ਫਿਰ ਇਲੈਕਟਰ ਦਾ ਬਟਨ ਦਬਾਇਆ ਟੈਕਸ ਸ਼ੁਰੂ ਚਾਹ ਪੱਤੀ ਪਾਈ ਟੈਕਸ ਚੀਨੀ ਪਾਈ ਟੈਕਸ ਦੁੱਧ ਪਾਇਆ ਟੈਕਸ ਹੁਣ ਤਾਂ ਸੈਂਟਰ ਨੇ ਆਟੇ ਤੇ ਵੀ ਟੈਕਸ ਲਾਤਾ ਪਰੌਂਠੇ ਤੇ ਵੀ 18% ਉਸ ਤੋਂ ਬਾਅਦ ਫੋਨ ਕਰਦੇ ਹਾਂ ਟੈਕਸ ਰਿਸ਼ਤੇਦਾਰ ਨੂੰ ਮਿਲਣ ਜਾਣਾ ਮੋਟਰਸਾਈਕਲ ਸਟਾਰਟ ਕਰ ਲਿਆ ਟੈਕਸ ਸਬਜ਼ੀ ਲਿਆਉਂਦੇ ਆਉਂਦੇ ਹੋਏ ਬਾਜ਼ਾਰੋਂ ਟੈਕਸ ਤੇ ਕਰੋਟੀ ਉਟੀ ਖਾ ਕੇ ਮੰਜੇ ਤੇ ਬਹਿ ਕੇ ਸੋਚਦੇ ਹਾਂ ਚਲੋ ਸੌਣ ਤੋਂ ਪਹਿਲਾਂ ਹੁਣ ਨਹੀਂ ਟੈਕਸ ਪੈਂਦਾ ਹੋਣਾ ਗਲਤ ਫਹਮੀ ਚੋ ਜੀ ਉੱਪਰ ਪੱਖਾ ਚੱਲ ਰਿਹਾ ਹੈ ਟੈਕਸ ਜਨਤਾ ਤਾਂ 24 ਘੰਟੇ ਟੈਕਸ ਦੇਈ ਜਾਂਦੀ ਹੈ ਜੀ ਜੇ ਜਨਤਾ 24 ਘੰਟੇ ਟੈਕਸ ਦੇ ਰਹੀ ਹੈ ਤਾਂ ਖਜ਼ਾਨੇ ਕਿਵੇਂ ਖਾਲੀ ਹੋ ਜਾਂਦੇ ਨੇ ਇਹਨਾਂ ਦੇ ਫਿਰ ਸਰਕਾਰਾਂ ਦੇ ਉਹ ਖਜ਼ਾਨੇ ਵੀ ਭਰਾਂਗੇ ਤੇ ਖਜ਼ਾਨਿਆਂ ਦਾ ਪੈਸਾ ਖੇਡਾਂ ਦੇ ਰੂਪ 'ਚ ਸਿੱਖਿਆ ਦੇ ਰੂਪ 'ਚ ਇਨਫਰਾਸਟ੍ਰਕਚਰ ਦੇ ਰੂਪ 'ਚ ਬਿਜਲੀ ਮੁਫਤ ਦੇ ਰੂਪ ਦੇ ਵਿੱਚ ਮੁਫਤ ਇਲਾਜ ਦੇ ਰੂਪ ਚ ਹਸਪਤਾਲਾਂ ਦੇ ਰੂਪ ਚ ਮੁਹੱਲਾ ਕਲੀਨਿਕਾਂ ਦੇ ਰੂਪ ਚ ਤੁਹਾਡੇ ਕੋਲੇ ਵਾਪਸ ਆਊਗਾ ਜਿੰਨਾ ਵੀ ਤੁਸੀਂ ਟੈਕਸ ਭਰੋਗੇ ਤੁਹਾਡੇ ਕੋਲੇ ਵਾਪਸ ਆਊਗਾ ਸਾਰਾ ਸੋ ਮੈਂ ਜਿੰਨੇ ਵੀ ਮੌਜੂਦ ਹਾਜ਼ਰੀਨ ਮੇਰੇ ਤੋਂ ਸੀਨੀਅਰ ਬਹੁਤ ਵਪਾਰਿਕ ਸ਼ਖਸੀਅਤਾਂ ਬੈਠੀਆਂ ਨੇ ਮੇਰੇ ਸਾਹਮਣੇ ਮੇਰੇ ਨਾਲ ਦੇ ਮੇਰੇ ਖੁਲੀਕ ਬੈਠੇ ਨੇ ਸੀਨੀਅਰ ਸਿਟੀਜ਼ਨਸ ਬੈਠੇ ਨੇ ਬਹੁਤ ਸਾਰੇ ਵੈਟਰਨ ਪਲੇਅਰ ਬੈਠੇ ਨੇ ਜਿਨ੍ਹਾਂ ਨੇ ਮੱਲਾ ਮਾਰੀਆਂ ਸਾਰੇ ਕੋਚਸ ਨੂੰ ਮੈਂ ਬਹੁਤ-ਬਹੁ ਵਧਾਈ ਦਿਨਾਂ ਜਿਨ੍ਹਾਂ ਨੇ ਉਹ ਸਾਰਾ 2.5 ਮਹੀਨੇ ਆਪਣੀਆਂ ਮਿਹਨਤਾਂ ਦੇ ਨਾਲ ਆਪਣੇ ਬੱਚਿਆਂ ਨੂੰ ਤਿਆਰੀ ਕਰਵਾਈ ਟੈਕਨੀਕ ਸਿਖਾਈਆਂ ਇੱਥੋਂ ਬਹੁਤ ਕੁਝ ਸਿੱਖ ਕੇ ਜਾਣਗੇ ਤੇ ਜਿਨ੍ਹਾਂ ਨੇ ਇੰਨਾ ਸੋਹਣਾ ਫੰਕਸ਼ਨ ਕੀਤਾ ਮੈਂ ਸਾਰੀ ਟੀਮ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਔਰ ਕਮਿਸ਼ਨਰ ਪੁਲਿਸ ਮਨਦੀਪ ਸਿੱਧੂ ਜੀ ਔਰ ਜਿੰਨੇ ਵੀ ਸਪੋਰਟਸ ਨਾਲ ਰਿਲੇਟਡ ਤੇ ਪ੍ਰਸ਼ਾਸਨ ਨਾਲ ਰਿਲੇਟਡ ਅਫਸਰ ਸਾਹਿਬਾਨ ਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾਂ ਤੇ ਇੱਕ ਵਾਰੀ ਫੇਰ ਮੈਂ ਇਹੀ ਕਹਿਣਾ ਕਿ ਇਹ ਪੰਜਾਬ ਜਿਹੜਾ ਇਹ ਇਹ ਸਾਡੀ ਇਹ ਉਹ ਧਰਤੀ ਹੈ ਜਿਹਨੂੰ ਗੁਰੂਆਂ ਪੀਰਾਂ ਦੀ ਚਰਨਛੋਪਾ ਪ੍ਰਾਪਤ ਹੈ ਇਹ ਉਹ ਧਰਤੀ ਹੈ ਜਿੱਥੇ ਸ਼ਹੀਦਾਂ ਨੇ ਆਪਣੇ ਆਪਣੇ ਖੂਨ ਨਾਲ ਜਿਹੜਾ ਸਿੰਜਿਆ ਹੋਇਆ ਸਾਡੀ ਧਰਤੀ ਨੂੰ ਸੋ ਅਸੀਂ ਇਸ ਪੰਜਾਬ ਨੂੰ ਨਕਸ਼ੇ ਤੇ ਦੁਨੀਆ ਦੇ ਤੇ ਇਸ ਤਰੀਕੇ ਨਾਲ ਲੈ ਕੇ ਆਉਣਾ ਕਿ ਲੋਕੀਂ ਦੇਖਣ ਕਿ ਹਾਂ ਪੰਜਾਬ ਜਿਹੜਾ ਇੱਕ ਸੂਬਾ ਹੈ ਪਰ ਸੂਬਾ ਨਹੀਂ ਉਹ ਦੇਸ਼ ਪੰਜਾਬ ਹੈ ਤਾਈਓ ਇਹਨੂੰ ਦੇਸ਼ ਪੰਜਾਬ ਕਹਿੰਨੇ ਆ ਵੀਰੋ ਇੱਕ ਹੋਰ ਖੁਸ਼ਖਬਰੀ ਦੀ ਗੱਲ ਹੈ ਤੁਸੀਂ ਪਿੱਛੇ ਕੱਲ ਦੇਖਿਆ ਹੋਣਾ ਜੀ 20 ਸਮੇਲਨ ਹੋਇਆ ਇੰਡੋਨੇਸ਼ੀਆ ਚ ਪੂਰੀ ਦੁਨੀਆ ਦੇ ਰਾਸ਼ਟਰਪਤੀ ਉੱਥੇ ਆਏ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਵੀ ਉੱਥੇ ਗਏ ਹੋਏ ਸੀ ਉਹ ਜਿਹੜਾ ਜੀ 20 ਸਮੇਲਨ ਹੈ ਉਹਦਾ ਜਿਹੜਾ ਅਗਲਾ ਜਿਹੜਾ ਹੁਣ ਉਹ ਭਾਰਤ ਉਹਦਾ ਬਣ ਗਿਆ ਚੇਅਰਮੈਨ ਹੁਣ ਜਿਹੜਾ ਅਗਲਾ ਸਮੇਲਨ ਹੋਊਗਾ ਖੁਸ਼ਖਬਰੀ ਦੀ ਗੱਲ ਹੈ ਜਿਹੜਾ G20 ਦਾ ਅਗਲਾ ਸਮੇਲਨ ਹੋਊਗਾ এডਿਕੇਸ਼ਨ ਦੇ ਮੁੱਦੇ ਤੇ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਊਗਾ 14-15 ਮਾਰਚ ਨੂੰ ਹੋਊਗਾ ਪੂਰੀ ਦੁਨੀਆ ਦੇ ਪ੍ਰਧਾਨ ਮੰਤਰੀ ਜਿਹੜਾ ਅਸਪਤੀ ਵੱਡੇ ਵੱਡੇ ਜਿਹੜੇ ਉਹਨਾਂ ਦੇ ਐਮਬੈਸਡਰਸ ਆਉਣਗੇ ਸਾਡਾ ਕਲਚਰ ਵੀ ਦਿਖਾਵਾਂਗੇ ਅਸੀਂ ਬਾਗੜ ਵੀ ਦਿਖਾਵਾਂਗੇ ਬਾਗੇ ਵਾਲਾ ਅਸੀਂ ਜਲੇਆਣਾ ਬਾਗ ਵੀ ਦਿਖਾਵਾਂਗੇ ਅਸੀਂ ਦੁਰਗਾਣਾ ਮੰਦਿਰ ਵੀ ਦਿਖਾਵਾਂਗੇ ਅਸੀਂ ਰਾਮ ਤੀਰਥ ਵੀ ਦਿਖਾਵਾਂਗੇ ਅਸੀਂ ਅਸੀਂ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਕਿ ਕਿਵੇਂ ਜਿਹੜੀ ਲੱਖਾਂ ਲੋਕ ਜਿਹੜੇ ਉੱਥੋਂ ਆਪਣੀ ਮਨ ਨੂੰ ਸਕੂਨ ਲੈ ਕੇ ਜਾਂਦੇ ਨੇ ਉੱਥੋਂ ਸੋ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਨੂੰ ਇੰਟਰਨੈਸ਼ਨਲ ਵੱਡੇ ਵੱਡੇ ਸੰਮੇਲਨ ਮਿਲਣ ਤਾਂ ਕਿ ਅਸੀਂ ਇੰਟਰਨੈਸ਼ਨਲ ਵੱਡੇ ਵੱਡੇ ਜਿਹੜੇ ਅੰਤਰਰਾਸ਼ਟਰੀ ਸੰਮੇਲਨ ਨੇ ਜਦੋਂ ਉਹਨਾਂ ਨੂੰ ਹੋਸਟ ਕਰਾਂਗੇ ਉਹਨਾਂ ਦੇ ਮੇਜ਼ਬਾਨ ਬਣਾਂਗੇ ਤਾਂ ਪੰਜਾਬ ਦੁਨੀਆ ਦੇ ਨਕਸ਼ੇ ਤੇ ਦਾ ਪਹਿਲਾਂ ਹੀ ਆ ਹੋਰ ਉੱਪਰ ਉੱਠੂਗਾ ਤੇ ਉਸ ਤੋਂ ਬਾਅਦ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਰੱਬ ਕਰੇ ਪੰਦਰੂਸਪੀਅੰਬਖੇ ਪਰਮਾਤਮਾ ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਖੇਡਾਂ ਦੇ ਵੀ ਇੰਟਰਨੈਸ਼ਨਲ ਕੋਈ ਸਪੋਰਟਸ ਦੇ ਆਪਾਂ ਨੂੰ ਮੇਜ਼ਬਾਨੀ ਮਿਲ ਜੇ ਤਾਂ ਆਪਾਂ ਨੂੰ ਉਹਨੂੰ ਦਿਖਾ ਦਈਏ ਕਿ ਸਾਡੇ ਕੋਲੇ ਸਟੇਡੀਅਮ ਨੇ ਸਾਡੇ ਕੋਲੇ ਪਲੇਅਰ ਨੇ ਸਾਡੀ ਮੇਜ਼ਬਾਨੀ ਤਾਂ ਪਹਿਲੀ ਮੰਨੀ ਹੋਈ ਹੈ ਸੋ ਇਸ ਕਰਕੇ ਮੈਂ ਸਾਰੇ ਪੰਜਾਬ ਨੂੰ ਪੰਜਾਬੀਆਂ ਨੂੰ ਔਰ ਜਿੰਨਾ ਪਲੇਅਰਾਂ ਨੇ ਹਿੱਸਾ ਲਿਆ ਉਹਨਾਂ ਨੂੰ ਉਹਨਾਂ ਦੇ ਕੋਚੇਸ ਨੂੰ ਔਰ ਉਹਨਾਂ ਦੇ ਮਾਪਿਆਂ ਨੂੰ ਬਹੁਤ ਸਾਰੀ ਸਾਰੀ ਢੇਰ ਸ਼ੁਭਕਾਮਨਾਵਾਂ ਦਿੰਨਾ ਬਹੁਤ ਬਹੁਤ ਵਧਾਈਆਂ ਦਿਨਾ ਤੇ ਮੈਨੂੰ ਉਮੀਦ ਹੈ ਅਗਲੇ ਸਾਲ ਇਹਨੂੰ ਕਈ ਨਾਲ ਗੁਣਾ ਕਰਾਂਗੇ ਆਪਾਂ ਇਹ ਰੰਗ ਨੂੰ ਕਈ ਰੰਗਾਂ ਨਾਲ ਗੁਣਾ ਕਰਾਂਗੇ ਤਾਂ ਫੁਲਵਾੜੀ ਜਿਹੜੀ ਹੈ ਆਪਣੀ ਫੁਲਵਾੜੀ ਦੇ ਵਿੱਚ ਨਵੇਂ ਫੁੱਲ ਆਉਣਗੇ ਬਹੁਤ ਬਹੁਤ ਧੰਨਵਾਦ ਦੋਨੋਂ ਹੱਥ ਉੱਪਰ ਚਾੱਕ ਕੇ ਦੋਨੋਂ ਹੱਥ ਉੱਪਰ ਚਾੱਕ ਕੇ ਦੋ ਨਾਰੇ ਔਰ ਇਨਕਲਾਬ ਜਿੰਦਾਬਾਦ ਦੇ ਜਿੰਨਾ ਕਰਤਾਰ ਸਿੰਘ ਸਰਾਬੇ ਹੋਰਾਂ ਦਾ ਜਮਾ ਪਿੰਡ ਨਾਲ ਹੀ ਹੈ ਉਹਨਾਂ ਦੀ ਆਤਮਾ ਨੂੰ ਸਕੂਨ ਮਿਲ ਜੂ ਹੈਗੇ ਨੇ ਜਿਨ੍ਹਾਂ ਨੇ ਹਜੇ ਇਨਕਲਾਬ ਦਾ ਦੀਵਾ ਬੁਝਣ ਨਹੀਂ ਦਿੱਤਾ ਇਹ ਇਨਕਲਾਬ ਇਨਕਲਾਬ ਬੋਲੇ ਸੋਨਹਾਰ ਬਹੁਤ ਬਹੁਤ ਧੰਨਵਾਦ ਨਮਸਕਾਰ ਸਾਸ੍ਰੀਕਾਲ ਜਉਂਦੇ ਵਸਦੇ ਰਹੋ ਤਰੱਕੀਆਂ ਮਾਣੋ ਔਰ ਉਮੀਦ ਕਰਦੇ ਆਂ ਅਰਦਾਸ ਕਰਦੇ ਆਂ ਤੁਹਾਡੇ ਸਾਰਿਆਂ ਦੇ ਘਰਾਂ 'ਚ ਤਰੱਕੀ ਆਵੇ ਤੰਦਰੁਸਤ ਰਹੋ ਬਦੋ ਫੁੱਲੋ ਬਹੁਤ ਬਹੁਤ ਮਿਹਰਬਾਨੀ ਸਾਸ੍ਰੀਕਾਲ ਸਾਰਿਆਂ ਨੂੰ ਤੁਸੀਂ ਮਾਨ ਇੱਜ਼ਤ ਦਿੱਤਾ ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲੂਗਾ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ तो पंजाब के मुख्यमंत्री भगवंत मान खेड़ा वतन पंजाब दिया कार्यक्रम के समापन समारोह में पहुंचे थे संबोधित कर रहे थे लुधियाना के गुरु नानक स्टेडियम में ये कार्यक्रम आयोजित किया गया जहां पर भगवंत मान की तरफ से संबोधन और इसके साथ साथ उन्होंने बधाई दी इसके साथ साथ ये भी कहा कि जो पंजाब है वो अपने आप में एक अलग मिसाल है और उसका एक अनूठा इतिहास है